ਹਾਂਜੀ ਦੋਸਤੋ ਐਮਡੀ ਜੋਬ ਅਲਰਟ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮਾਨਸਾ ਪਠਾਨਕੋਟ ਗੁਰਦਾਸਪੁਰ ਬਰਨਾਲਾ ਜ਼ਿਲ੍ਹੇ ਵਾਲੇ ਇਹ ਜ਼ਰੂਰ ਵੀਡੀਓ ਦੇਖਣ ਜੀ ਸਕੂਲ ਭਰਤੀ ਲੈ ਕੇ ਹਾਜ਼ਰ ਹੋ ਚੁੱਕੇ ਆ ਜੀ ਇਹਦੇ ਨਾਲ ਇਲਾਕੇ ਵਾਲੇ ਵੀ ਜ਼ਰੂਰ ਇਹ ਵੀਡੀਓ ਦੇਖਣ ਕਿਉਂਕਿ ਉਹ ਵੀ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਨੇ ਜੋਬ ਹਾਸਲ ਕਰ ਸਕਦੇ ਨੇ ਜੀ ਵਧੀਆ ਮੌਕਾ ਆ ਚੁੱਕਿਆ ਜੀ ਪੋਸਟਾਨੇ ਦੀ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਦੀਆਂ ਜੀ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਇਸ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੀ ਅਗਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੇਵੋ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਵੀ ਕੰਪੀਟੀਟਿਵ ਇਗਜ਼ਾਮ ਆਉਂਦਾ ਜੀ ਉਸ ਸੰਬੰਧੀ ਜਾਣ ਸਾਡਾ ਇੱਕ ਟੈਲੀਗ੍ਰਾਮ ਚੈਨਲ ਵੀ ਹੈ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਸਾਡੇ ਉਸ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਫਲਾਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਉਸ ਦੀ ਪੀਡੀਐਫ ਫਾਈਲ ਕੋਈ ਨਮਾ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਉਸ ਦੀ ਪੀਡੀਐਫ ਫਾਈਲ ਜਾਂ ਪੰਜਾਬ ਦੇ ਵਿੱਚ ਕੋਈ ਵੀ ਇਹੋ ਜੀ ਭਰਤੀ ਆਉਂਦੀ ਹੈ ਜਿਸ ਨੂੰ ਭਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸ ਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਅਪਲੋਡ ਕਰਦੇ ਹਾਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਜੀ ਚਾਰ ਨੋਟੀਫਿਕੇਸ਼ਨ ਲੈ ਕੇ ਹਾਜ਼ਰ ਹੋਏ ਹਾਂ ਇਸ ਵੀਡੀਓ ਦੇ ਵਿੱਚ ਪਹਿਲਾਂ ਪਹਿਲੇ ਨੋਟੀਫਿਕੇਸ਼ਨ ਦੀ ਗੱਲ ਕਰਾਂਗੇ ਜਿਹਦੇ ਵਿੱਚ ਪਹਿਲਾ ਪੋਸਟਾਂ ਦੱਸਦੀ ਹੈ ਤੁਹਾਨੂੰ ਕਿਹੜੀਆਂ-ਕਿਹੜੀਆਂ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਸਭ ਤੋਂ ਪਹਿਲੀ ਪੋਸਟ ਹੈ ਜੀ ਪੀਆਰਟੀ ਦੀ ਪੋਸਟ ਬਾਲ ਬਾਟਿਕਾ ਸਿੱਖਿਸ਼ਕ ਦੀ ਪੋਸਟ ਹੈ ਜਿਦੇ ਲਈ ਇੰਟਰਵਿਊ ਰੱਖੀ ਗਈ ਹੈ ਜੀ ਜੋ ਕਿ 22 ਤੰ 2023 ਨੂੰ ਇੰਟਰਵਿਊ ਹੋਣ ਜਾ ਰਹੀ ਹੈ ਜੀ ਉਸ ਤੋਂ ਬਾਅਦ PGT ਦੀਆਂ ਪੋਸਟਾਂ ਨੇ ਜਿਸ ਦੇ ਵਿੱਚ ਹਿੰਦੀ, ਅੰਗਰੇਜ਼ੀ, ਰਸਾਇਣ ਵਿਗਿਆਨ, ਭੌਤਿਕ ਵਿਗਿਆਨ, ਜੀਵ ਵਿਗਿਆਨ, ਗਣਿਤ, ਇਤਿਹਾਸ, ਪੰਘੋਲ, ਅਰਥ ਸ਼ਾਸਤਰ ਜੀ, ਵਣਜੈਅ ਅਤੇ ਕੰਪਿਊਟਰ ਵਿਗਿਆਨ ਦੀਆਂ ਪੋਸਟਾਂ ਨੇ ਜਿਸ ਦੇ ਲਈ ਇੰਟਰਵਿਊ ਹੋਵੇਗੀ ਜੀ 24/3/2023 ਨੂੰ ਜੀ ਉਸ ਤੋਂ ਬਾਅਦ TGT ਦੀਆਂ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਹਿੰਦੀ, ਅੰਗਰੇਜ਼ੀ, ਸਾਇੰਸ, ਗਣਿਤ, ਮੈਥ, ਸਮਾਜਿਕ ਵਿਗਿਆਨ, ਸੰਸਕ੍ਰਿਤ ਦੀਆਂ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜੀ चौबी तीन दो हज़ार तेई में इसकी भी इंटरव्यू होगी जी उस तो बाद जी इंस्ट्रक्टर जो कंप्यूटर की पोस्ट है जी उस दे भी जो इंटरव्यू चौबीस तीन दो हज़ार तेई में होगी अन्ने जो होर कोच ने जिमें स्पोर्ट्स कोच जी आ, म्यूजिक कला वाले कोच योग काउंसलर नर्स विशेष शिक्षक ए स्पेसल एजुकेटर दोस्टा ने जिस दे भी इंटरव्यू होगी सताई तीन दो हज़ार तेई में ਇਹ ਪੋਸਟਾਂ ਅਨਾਉਂਸ ਕੀਤੀਆਂ ਗਏ ਨੇ ਜੀ ਕੇਂਦਰੀ ਵਿਦਿਆਲੇ ਜੋ ਕਿ ਬਟਿੰਡਾ ਸੌਨੀ ਦੇ ਵਿੱਚ ਹੈ ਜੀ ਉਹਨਾਂ ਵੱਲੋਂ ਇਹ ਪੋਸਟਾਂ ਅਨਾਉਂਸ ਕੀਤੀਆਂ ਗਏ ਨੇ ਜੀ ਇਹਨਾਂ ਦੀ ਆਫੀਸ਼ਲ ਵੈਬਸਾਈਟ ਹੈ ਜੀ no1batinda.kvs.ac.in ਦੇ ਉੱਤੇ ਤੁਸੀਂ ਅਰਜ਼ੀ ਪੱਤਰ ਜਾਂ ਕਿ ਐਪਲੀਕੇਸ਼ਨ ਫਾਰਮ ਡਾਊਨਲੋਡ ਕਰਕੇ ਜੀ ਉਸ ਨੂੰ ਪੂਰੀ ਤਰ੍ਹਾਂ ਭਰ ਕੇ ਜੀ ਇਹਨਾਂ ਦੇ ਦਿੱਤੇ ਹੋਏ ਪਤੇ ਦੇ ਉੱਤੇ 10 ਮਾਰਚ 2023 ਤੱਕ ਭੇਜ ਦੇਣਾ ਜੀ 3 ਵਜੇ ਤੱਕ ਜੀ ਉਸ ਤੋਂ ਬਾਅਦ ਜੀ ਜਮਾ ਕੀਤੇ ਹੋਏ ਜੋ ਫਾਰਮ ਨੇ ਉਹ ਸਵੀਕਾਰ ਨਹੀਂ ਕੀਤੇ ਜਾਣਗੇ ਇਸ ਦੇ ਨਾਲ ਸਾਰੇ ਡਾਕੂਮੈਂਟਸ ਲਗਾ ਦੇਣੇ ਨੇ ਜੀ ਇਹ ਇੰਟਰਵਿਊ ਹੋਵੇਗੀ ਜੀ ਸਵੇਰ 9:30 ਵਜੇ ਜੀ ਜੋ ਕਿ ਬਠਿੰਡਾ ਦੇ ਵਿੱਚ ਹੀ ਹੋਵੇਗੀ ਬਠਿੰਡਾ ਸ਼ਾਹਉਨੀ ਦੇ ਵਿੱਚ ਕੇਵੀ1 ਦੇ ਵਿੱਚ ਜੀ ਇਹਨਾਂ ਵੱਲੋਂ ਸਪੈਸ਼ਲੀ ਮੈਂਸ਼ਨ ਕੀਤਾ ਗਿਆ ਹੈ ਜੀ 2023 ਨੂੰ ਜੋ ਯੋਗ ਹੋਣਗੇ ਜਾਂ ਅਯੋਗ ਹੋਣਗੇ ਜੋ ਜਿਨ੍ਹਾਂ ਨੇ ਅਪਲਾਈ ਕੀਤਾ ਹੋਗਾ ਉਹਨਾਂ ਦੀ ਵੈਬਸਾਈਟ ਦੇ ਉੱਤੇ ਉਪਲਬਧ ਕਰਾਏ ਜਾਣਗੇ ਜੀ ਉਹ ਕੈਂਡੀਡੇਟ ਇਹ ਪਹਿਲਾ ਨੋਟੀਫਿਕੇਸ਼ਨ ਸੀ ਉਹ ਨੋਟੀਫਿਕੇਸ਼ਨ ਨੰਬਰ 2 ਵੱਲ ਵੱਧਦੇ ਜੀ ਨੋਟੀਫਿਕੇਸ਼ਨ ਨੰਬਰ 2 ਜੀ ਜਾਰੀ ਕੀਤਾ ਗਿਆ ਜੀ ਕੇਂਦਰੀ ਵਿਦਿਆਲਿਆ ਨੰਗਲਪੁਰ ਦੇ ਵੱਲੋਂ ਜਾਰੀ ਕੀਤਾ ਗਿਆ ਜੋ ਕਿ ਪਟਾਣਕੋਟ ਦੇ ਵਿੱਚ ਹੈ ਜੀ ਟੈਲੀਫੋਨ ਨੰਬਰ ਹੈ ਇਹਨਾਂ ਦੇ ਜੀ 0186 2268375 ਦੇ ਉੱਤੇ ਵਿਦਿਅਕ ਜਾਣਕਾਰੀ ਲਈ ਸੰਪਰਕ ਵੀ ਕਰ ਸਕਦੇ ਹੋ ਜੀ ਇਹਨਾਂ ਦੀ ਈਮੇਲ ਆਈਡੀ ਹੈ ਜੀ kb.nangalpur@gmail.com ਜੀ ਵੈਬਸਾਈਟ ਹੈ ਜ ਨੰਗਲਪੁਰ.kvs.ac.in ਵਾਕਨ ਇੰਟਰਵਿਊ ਰੱਖੀ ਗਈ ਹੈ ਜੀ ਇਸ ਦੇ ਵਿੱਚ ਇਨਵਾਈਟ ਕੀਤੇ ਗਏ ਨੇ ਐਲੀਜੀਬਲ ਕੈਂਡੀਡੇਟਸ ਤੋਂ ਕੰਟਰੈਕਚੁਅਲ ਤੇ ਪਾਰਟ ਟਾਈਮ ਟੀਚਰਾਂ ਦੀ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਸੈਸ਼ਨ 2023-24 ਦੇ ਲਈ ਇੰਟਰਵਿਊ ਡੇਟ ਨੋਟ ਕਰੋ ਜੀ ਸਭ ਤੋਂ ਪਹਿਲਾਂ ਜੀ 9/3/2023 ਨੂੰ 9 ਵਜੇ ਸਵੇਰੇ ਇੰਟਰਵਿਊ ਰੱਖੀ ਗਈ ਜੀ ਪੀਜੀਟੀ ਦੀਆਂ ਪੋਸਟਾਂ ਨੇ ਇੰਗਲਿਸ਼, ਹਿੰਦੀ, ਮੈਥ, ਬਾਇਓਲੋਜੀ, ਫਿਜ਼ਿਕਸ, ਕੈਮਿਸਟਰੀ, ਇਕਨੋਮਿਕਸ, ਕਮਰਸ हिस्ट्री ज्योग्राफी कंप्यूटर साइंस द पॉलिटिकल साइंस दी पोस्टਾਂ ਨੇ ਜੀ टीजीटी ਦੇ ਵਿੱਚ ਗੱਲ ਕਰੀਏ ਹਿੰਦੀ ਇੰਗਲਿਸ਼ ਮੈਥ ਸਾਇੰਸ ਸੋਸ਼ਲ ਸਾਇੰਸ ਸੰਸਕ੍ਰਿਤ ਪੰਜਾਬੀ ఫిਜ਼ੀਕਲ এডਿਕੇਸ਼ਨ ਆਰਟ এডਿਕੇਸ਼ਨ ਵੈਟ ਲਾਇਬ੍ਰੇਰੀਅਨ ਕੰਪਿਊਟਰ ਇੰਸਟ੍ਰਕਟਰ ਦੀਆਂ ਪੋਸਟਾਂ ਹੈ ਜੀ ਉਸ ਤੋਂ ਬਾਅਦ ਪ੍ਰਾਇਮਰੀ ਟੀਚਰ 뮤직 ਟੀਚਰ ਡਾਕਟਰ ਨਰਸ ਗੇਮਜ਼ ਕੋਚੀ ਕਾਉਂਸਲਰ ਯੋਗਾ ਟੀਚਰ ਤੇ ਸਪੈਸ਼ਲਾਈਜ਼ਡ ਐਜੂਕੇਟਰ ਦੀਆਂ ਪੋਸਟਾਂ ਅਨਾਉਂਸ ਕੀਤੀਆਂ ਗਏ ਨੇ ਜੀ ਐਲੀਜੀਬਲ ਕ੍ਰਾਈਟੇਰੀਆ ਜਾਂ ਕੇਵੀਐਸ ਰਿਕਰੂਟਮੈਂਟ ਰੂਲਸ ਅਕੋਰਡਿੰਗ ਹੋਵੇਗਾ ਜੀ ਬਧਿ ਰੇ ਜਾਣਕਾਰੀ ਲਈ ਤੁਸੀਂ ਨਦੀ ਆਫੀਸ਼ਲ ਵੈਬਸਾਈਟ ਦੇ ਉੱਤੇ ਵਿਜ਼ਿਟ ਕਰ ਸਕਦੇ ਹੋ ਜੀ ਨੈਕਸਟ ਤੀਸਰਾ ਨੋਟੀਫਿਕੇਸ਼ਨ ਹੈ ਜੀ ਕੇਂਦਰੀ ਵਿਦਿਆਲਿਆ ਡੀਵੀਐਨ ਸ਼ਿਕਾਰ ਬੀਐਸਐਫ ਜੀ ਸ਼ਿਕਾਰ ਮੁਖਿਆਲਿਆ ਜੀ ਗੁਰਦਾਸਪੁਰ ਪੰਜਾਬ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ 2023-24 ਦੇ ਲਈ ਜੀ ਇਸ ਦੇ ਵਿੱਚ ਅਲੱਗ-ਅਲੱਗ ਪੋਸਟ ਅਨਾਉਂਸ ਕੀਤੇ ਗਏ ਨੇ ਜਿਸ ਦੇ ਵਿੱਚ ਪੀਜੀਟੀ, ਟੀਜੀਟੀ, ਪੀਆਰਟੀ, ਸਪੋਰਟਸ ਕੋਚ ਕਮ ਜੋਗਾ ਉਸ ਤੋਂ ਬਾਅਦ ਨਰਸ, ਆਰਟ ਐਂਡ ਕ્રાਫਟ, 뮤직, ਡਾਂਸ, ਕਾਉਂਸਲਰ ਤੇ ਸਪੈਸ਼ਲਾਈਜ਼ਡ ਐਜੂਕੇਟਰ ਦੀਆਂ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜੀ ਇਸ ਦੇ ਵਿੱਚ ਉਮਰ ਸੀਮਾ ਰੱਖੀ ਗਈ 18 ਤੋਂ 65 ਸਾਲ ਦੀ ਉਮਰ ਵਾਲੇ ਜੋਗ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਨੇ ਜੀ ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੀ ਆਫੀਸ਼ਲ ਵੈਬਸਾਈਟ ਜੋ ਕਿ ਹੈ ਸਿਖਾਰ s h i k a r p u r b s f k v s a c in ਦੇ ਉੱਤੇ ਜਾ ਕੇ ਪ੍ਰਾਪਤ ਕਰ ਸਕਦੇ ਹੋ ਜੀ ਤੇ 24/2023 ਤੋਂ 5/2023 ਤੱਕ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਨੈਕਸਟ ਪੋਸਟਾਂ ਚੌਥਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਕੇਂਦਰੀ ਵਿਦਿਆਲੇ 에ਅਰ ਫੋਰਸ ਸਟੇਸ਼ਨ ਬਰਨਾਲਾ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਇਸ ਦੇ ਵਿੱਚ ਪ्युअर ਪਾਰਟ ਟਾਈਮ ਤੇ ਕੰਟਰੈਕਚੁਅਲ ਪੋਸਟ ਅਨਾਉਂਸ ਕੀਤੇ ਗਏ ਨੇ ਜੀ ਵਾਕ ਇਨ ਇੰਟਰਵਿਊ ਰੱਖੀ ਗਈ ਹੈ ਜਿਸ ਦੇ ਵਿੱਚ ਤੁਸੀਂ ਫਾਰਮ ਅਪਲਾਈ ਕਰਨਾ ਹੋਵੇਗਾ ਜੀ ਫਾਰਮ ਦਾ ਲਿੰਕ ਹੈ ਜੀ ਇਹ ਤੁਸੀਂ ਲਿੰਕ ਦੇ ਭਰ ਕੇ ਤੁਸੀਂ Google Chrome ਦੇ ਵਿੱਚ ਫਾਰਮ ਫਿਲ ਕਰ ਦੇਣਾ ਹੈਗਾ ਜੀ ਇਹ ਲਿੰਕ ਭਰ ਕੇ ਉਸ ਤੋਂ ਬਾਅਦ 1 3 2023 ਤੱਕ ਇਹ ਪੋਸਟਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਇੰਟਰਸਟਿਡ ਕੈਂਡੀਡੇਟਸ ਆਪਣੇ ਜੋ ਬਿਦਿਆਲੇ ਦੇ ਵਿੱਚ ਸਾਰੇ origignal ਦਸਤਾਵੇਜ਼ ਤੇ ਇੱਕ experience ਸਰਟੀਫਿਕੇਟ ਨਾਲ ਪਹੁੰਚਣਾ ਹੈਗਾ ਜੀ ਜਿਹਦੇ ਵਿੱਚ PGTE ਦੇ ਲਈ ਜੀ 2 ਮਾਰਚ 2023 ਨੂੰ ਇੰਟਰਵਿਊ ਹੋਵੇਗੀ 9:30 ਵਜੇ PGTE ਦੀਆਂ ਪੋਸਟਾਂ ਨੇ ਇੰਗਲਿਸ਼ ਬਾਇਓਲੋਜੀ ਹਿਸਟਰੀ ਫਿਜ਼ਿਕਸ ਕੈਮਿਸਟਰੀ ਹਿੰਦੀ TGT ਦੀਆਂ ਪੋਸਟਾਂ ਨੇ ਜੀ ਪੰਜਾਬੀ ਹਿੰਦੀ ਇੰਗਲਿਸ਼ ਸੰਸਕ੍ਰਿਤ ਸਪੋਰਟਸ ਕੋਚ ਯੋਗਾ ਇੰਸਟ੍ਰਕਟਰ ਤੇ PRT ਇਹਨਾਂ ਦੀ ਇੰਟਰਵਿਊ ਹੋਵੇਗੀ 2 ਮਾਰਚ 2023 ਨੂੰ ਜੀ ਉਸ ਤੋਂ ਬਾਅਦ ਨੈਕਸਟ PGTE ਦੀਆਂ ਪੋਸਟਾਂ ਨੇ ਜੀ ਜੋ ਕਿ ਇਕਨੋਮਿਕਸ ਜੀਓਗ੍ਰਾਫੀ ਪੋਲੀਟੀਕਲ ਸਾਇੰਸ ਕੰਪਿਊਟਰ ਸਾਇੰਸ ਮੈਥੇਮੈਟਿਕਸ ਦੀਆਂ ਪੋਸਟਾਂ ਦੇ ਲਈ ਜੀ 3 ਮਾਰਚ 2023 ਨੂੰ 9:30 ਵਜੇ ਇੰਟਰਵਿਊ ਹੋਵੇਗੀ ਜੀ ਕੰਪਿਊਟਰ ਇੰਸਟ੍ਰਕਟਰ TGT ਸੋਸ਼ਲ ਸਟੱਡੀਜ਼ ਮੈਥੇਮੈਟਿਕਸ ਸਾਇੰਸ ਕਾਉਂਸਲਰ ਨਰਸ ਸਪੈਸ਼ਲ ਐਜੂਕੇਟਰ ਦੀਆਂ ਪੋਸਟਾਂ ਲਈ ਵੀ 3 ਮਾਰਚ 2023 ਨੂੰ ਇੰਟਰਵਿਊ 9:30 ਵਜੇ ਹੋਵੇਗੀ ਜੀ ਕੁਆਲਿਫੀਕੇਸ਼ਨ ਲਈ ਜਾਂ ਬਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ afsbarnala.kvs.ac.in ਦੇ ਉੱਤੇ ਵਿਜ਼ਿਟ ਕਰ ਸਕਦੇ ਹੋ ਜੀ ਇਸੀ ਅਜਦਾ ਨੋਟੀਫਿਕੇਸ਼ਨ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਕਿਉਂਕਿ ਜੇ ਬਹੁਤ ਮਿਹਨਤ ਨਾਲ ਤੁਹਾਡੇ ਲਈ ਪੋਸਟਾਂ ਲੱਭ ਕੇ ਲਿਆ ਕਿ ਨਾ ਉਸ ਤੋਂ ਬਾਅਦ ਵੀਡੀਓ ਬਣਾਉਣਾ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦਾ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ